बिस्मिल्लाहिर्रहमानिर्रहीम। अस्सलाम वालेकुम मेरे तमाम भैन भाई, उम्मीद करना ठीक ठाक उसे जिते रहो, हंसते ते मुस्कुराते रहो। ਸਾਡੀਆਂ ਦੁੱਧ ਨਾਲ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਅੱਲਾ ਪਾਕ ਕਿਸੇ ਚੀਜ਼ ਦੀ ਤੋੜ ਦੇਵੇ, ਅੱਲਾ ਪਾਕ ਤੁਹਾਡੇ ਕਾਰੋਬਾਰ ਬਰਕਤਾਂ ਪਾਵੇ, ਜਿਹੜੇ ਬਿਮਾਰ ਅੱਲਾ ਪਾਕ ਉਹਨਾਂ ਨੂੰ ਸ਼ਿਫਾ ਤਾ ਫਰਮਾਵੇ, ਜਿਹੜੇ ਕੋਲ ਔਲਾਦ ਨਹੀਂ ਸੋਣਾ ਮਾਲਕ ਉਹਨਾਂ ਨੂੰ ਔਲਾਦ ਦੇਵੇ, ਔਰ ਸਾਰਿਆਂ ਦਾ ਅੱਲਾ ਪਾਕ ਪੱਲਾ ਕਰੇ, ਹਰ ਦੀ ਖੈਰ ਕਰੇ, ਔਰ ਸਾਰੇ ਭਾਈ ਭੈਣ ਜੁਮਾ ਖੈਰ, ਔਰ ਸੁਬਹ ਸੁਬਹ ਉੱਠੇ ਅੱਲਾ ਮੁਹੰਮਦ ਦਾ ਨਾਮ ਲਏਗਾ, ਅੱਲਾ ਨੂੰ ਯਾਦ ਕਰਕੇ ਆਪਣੀ ਰੋਜ਼ੀ ਤੋਂ ਮੱਥੇ ਲੱਗਿਆ। ਸ਼ੁਕਰ ਅਲਹਮਦੁਲਿਲਾ ਅੱਲਾ ਪਾਕ ਦਾ ਸ਼ੁਕਰ ਅਦਾ ਕਰਨਾ। ਕਾਫੀ ਸਾਰੀਆਂ ਮਾਸ਼ਾਅੱਲਾ ਬੋਤਲਾਂ ਵੀ ਸੇਲ ਹੋਈਆਂ, ਔਰ ਸੌਦਾ ਵੀ ਕਾਫੀ ਸਾਰਿਆਂ ਨੂੰ ਸੇਲ ਹੋਇਆ, ਕਿਉਂਕਿ ਇਹ ਵਾਲਾ ਖਾਨਾ ਵੀ ਸਾਰਾ ਖਾਲੀ ਹੋ ਗਿਆ ਬੋਤਲਾਂ ਦਾ। ਔਰ ਕਾਫੀ ਸਾਰੀਆਂ ਚਾਵਲ ਵਗੈਰਾ ਚੀਜ਼ਾਂ ਕਿਹੜੀਆਂ ਹੈਗੀਆਂ ਨੇ, ਕਾਫੀ ਪੱਤੀਆਂ ਔਰ ਵੀ ਵਿਕੀਆਂ ਡਾਲ ਕਰਾ ਰਹੀਆਂ, ਸਭ ਸਾਰੀਆਂ ਬਿਲਕੁਲ ਖਤਮ ਹੋ ਗਏ ਇੰਨਾ। ਔਰ ਸ਼ੈਂਪੂ ਵਗੈਰਾ ਵੀ ਕਾਫੀ ਸਾਰੇ ਮਾਸ਼ਾਅੱਲਾ ਸੇਲ ਹੋਏ। ਔਰ ਸਬਜ਼ੀ ਕਿਹੜੀ ਹੈਗੀ ਨਾ, ਅੱਜ ਲਓ ਨਾ, ਹੁਣ ਸੁਬਹਾ ਲਓ, ਇਨਸ਼ਾਅੱਲਾ ਤਾਲਾ ਸਬਜ਼ੀ ਲੈਣ ਜਾਵਾਂਗੇ, ਕਿਉਂਕਿ ਮੰਡੀਆਂ ਬੰਦ ਹੈਗੀਆਂ, 3 ਦਿਨ ਮੰਡੀਆਂ ਬੰਦ ਰਹਿੰਦੀਆਂ ਹੈਗੀਆਂ। ਅਤੇ ਔਰ ਸਬਜ਼ੀ ਕਿਹੜੀ ਅੱਗੇ ਹੈਗੀ ਸੀ ਥੋੜ੍ਹੀ ਥੋੜ੍ਹੀ, ਉਹ ਸਾਰੀ ਟੋਟਲ ਹੀ ਖਤਮ ਹੋ ਗਈ ਹੈਗੀ, ਉਹ ਟੋਕਰੀਆਂ ਖਾਲੀ ਹੈਗੀਆਂ, ਆਲੂ ਪੈ ਗਏ ਅਤੇ ਔਰ ਗੋਭੀ ਪਈ ਹੈਗੀ, ਬਸ ਥੋੜ੍ਹੇ ਜਿਹੇ ਪਿਆਜ਼ ਪੈ ਗਏ। ਔਰ ਬੇਗਮ ਸਾਹਿਬਾ ਵੀ ਘਰ ਦਾ ਨਾਸ਼ਤਾ ਨੁਸ਼ਤਾ ਬਣਾ ਰਹੀ ਹੈਗੀ, ਨਾਸ਼ਤਾ ਬਣਾ ਕੇ ਅਤੇ ਫਿਰ ਆਉਂਦੀ ਹੈਗੀ, ਅਤੇ ਫਿਰ ਮੈਂ ਨਾ ਚੱਲ ਕੇ ਨਾਸ਼ਤਾ ਕਰਕੇ ਅਤੇ ਫਿਰ ਜਾਂਦੇ ਹਾਂ ਸੌਦਾ ਲੈਣ, ਕਰਿਆਨੇ ਦਾ ਸੌਦਾ ਲੈ ਕੇ ਆਉਂਦੇ ਹਾਂ। ਔਰ ਮਾਸ਼ਾਅੱਲਾ ਗੰਦਮ ਵੀ ਸਾਡੇ ਕੋਲ ਨਾ ਬਿਲਕੁਲ ਹੀ ਪੱਕ ਗਈ ਹੈਗੀ, ਉਹ ਵੀ ਭਾਈਆਂ ਭੈਣਾਂ ਨਾਲ ਨਾ ਸ਼ੇਅਰ ਕਰਾਂਗੇ ਅੱਜ, ਨਾ ਗੰਦਮ ਇਹਨੂੰ ਤੁਹਾਨੂੰ ਦਿਖਾਵਾਂਗੇ ਵੀ ਸਾਡੇ ਕੋਲ ਹੁਣ ਨਾ ਬਿਲਕੁਲ ਗੰਦਮ ਫੁੱਲ ਪੱਕੀ ਅਤੇ ਕਟਾਈ ਸ਼ੁਰੂ ਹੋ ਗਈ ਹੈਗੀ। ਉਹ ਵੀ ਚੱਲ ਕੇ ਆ ਜਾਂਦਾ ਭਾਈਆਂ ਭੈਣਾਂ, ਥੋੜ੍ਹਾ ਜਿਹਾ ਵਿਜ਼ਿਟ ਕਰਾਵਾਂਗੇ ਪਿੰਡਾਂ ਥਾਵਾਂ ਦਾ ਵੀ, ਅਤੇ ਇੰਝ ਕਣਕ ਵਟਿੰਦੀ ਹੈਗੀ ਅਤੇ ਇੰਝ ਨਾ ਗੱਡੇ ਗੁੱਡੇ ਵੱਜਦੇ ਹੈਗੇ। ਅਜੀ ਸਾਡੇ ਇਲਾਕੇ 'ਚ ਅਜੇ ਥੋੜ੍ਹੀ ਥੋੜ੍ਹੀ ਨਾ ਸਾਹਮਣੇ ਵਾਲੇ ਇਲਾਕੇ 'ਚ ਹੈਗੀ, ਅਤੇ ਅੰਬ ਲਾਮਾ 'ਤੇ ਕਿਹੜੇ ਹੈਗੇ ਨਾ ਪਿੰਡ ਜ਼ਿਆਦਾਤਰ, ਉੱਥੇ ਨਾ ਗੰਦਮ ਵਟੀਨੀ ਸ਼ੁਰੂ ਹੋ ਗਈ ਹੈਗੀ। ਹਾਂਜੀ, ਅਤੇ ਬੇਗਮ ਸਾਹਿਬਾ ਨੇ ਨਾਸ਼ਤਾ ਵੀ ਬਣਾ ਲਿਆ ਸੀ ਔਰ ਘਰ ਦਾ ਕੰਮ ਵੀ ਕਰ ਲਿਆ ਹੈਗਾ ਸਾਰਾ, ਔਰ ਮੈਂ ਵੀ ਨਾਸ਼ਤਾ ਕਰ ਲਿਆ ਹੈਗਾ, ਔਰ ਮੋਟਰਸਾਈਕਲ ਵੀ ਖੁਰਜੀ ਲੱਦ ਲਈਗੀ। ਅਤੇ ਪਹਿਲੇ ਤਾਂ ਸੌਦਾ ਲੈਣਾ ਸੀ ਜਾ ਕੇ, ਔਰ ਸੌਦਾ ਹੁਣ ਨਾ ਨਹੀਂ ਲੈਣ ਲੱਗਿਆ, ਕਿਉਂਕਿ ਚੱਲਾਂ ਮੁੰਝ ਲੈਣ ਵਾਸਤੇ, ਮੁੰਝ ਨਾ ਹੈਗੀ ਥੋੜ੍ਹੀ, ਕਿਉਂਕਿ ਬਿਲਕੁਲ ਨਾ ਜਿੱਦਾਂ ਪੂਰੀ ਨੇ ਗੁਬੀਨਾ, ਅਤੇ ਉਹਦੇ ਨਾਲ ਬਿਹਤਰ ਹੈਗਾ ਮੈਂ ਮੁੰਝ ਚੱਕ ਲੈਣਾ, ਅਤੇ ਤੁਸੀਂ ਉੱਧਰ ਤੋਂ ਬੈਠੋ ਸ਼ੋਪ 'ਤੇ, ਅਤੇ ਫਿਰ ਜਾ ਕੇ ਨਾ ਮੈਂ ਸੌਦਾ ਲੈ ਆਵਾਂਗਾ, ਤੁਸੀਂ ਘਰ ਦੇ ਵਿੱਚ ਕਰ ਲਿਆ ਅਤੇ ਮੈਂ ਸੌਦਾ ਲੈ ਆਵਾਂ, ਠੀਕ ਹੈ ਨਾ। ਅੱਲਾ ਸ਼ੁਕਰ ਕਰੂੰ, ਮੈਂ ਆ ਗਿਆ ਸੀ ਔਰ ਮੋਟਰਸਾਈਕਲ ਹੀ ਲਾ ਦਿੱਤਾ ਹੈਗਾ, ਮੁੰਝ ਵੀ ਇੱਥੋਂ ਨਜ਼ਦੀਕ ਹੀ ਚੋਂ ਲੈਣੀ ਸੀ, ਉਹ ਵਾਲਾ ਸਾਹਮਣੇ ਕਿਹੜਾ ਪਿੰਡ ਹੈਗਾ ਨਾ, ਇੱਥੋਂ ਨਾ ਮੁੰਝ ਚੱਕਣੀ ਸੀ, ਮੈਂ ਕਿਹਾ ਚੱਲ ਭਾਈਆਂ ਭੈਣਾਂ ਨਾਲ ਵਿਜ਼ਿਟ ਕਰਾ ਦਿੱਤਾ ਜਾਵੇ, ਕਿਉਂਕਿ ਈਦ 'ਤੇ ਟੁਰੇ ਫਿਰੇ ਤਾਂ ਅਸੀਂ ਨਹੀਂ ਹੈਗੇ, ਚੱਲ ਨਜ਼ਦੀਕ 'ਚ ਮੁੰਝ ਹੀ ਲੈ ਲਵਾਂਗੇ ਔਰ ਭਾਈਆਂ ਭੈਣਾਂ ਨਾਲ ਵਿਜ਼ਿਟ ਕਰਾਉਂਦੇ ਹਾਂ ਆਪਣੇ ਰਾਵੀ ਦਰਿਆ ਦਾ। ਔਰ ਮਾਸ਼ਾਅੱਲਾ ਪਾਣੀ ਕਾਫੀ ਸਾਰਾ ਆਇਆ ਹੋਇਆ ਹੈਗਾ, ਬੜਾ ਹੀ ਪਿਆਰਾ ਪਿਆਰਾ ਨਾ ਮਾਹੌਲ ਹੀ, ਬੜਾ ਪਿਆਰਾ ਨਾ ਮੌਸਮ ਬਣ ਗਿਆ, ਠੰਡਾ ਠੰਡਾ, ਔਰ ਕਾਫੀ ਸਾਰੀ ਨਾ ਦੁਨੀਆ ਵੀ ਨਾਲੋ ਰੋਡ ਤੋਂ ਨਾ ਲੰਘ ਰਹੀ ਹੈਗੀ, ਬਿਲਕੁਲ ਨਾ ਬਾਈਪਾਸ ਦੇ ਨਾ ਉਹ ਹੇਠਾਂ ਥੱਲੇ ਮੈਂ ਹਾਂ ਦਰਿਆ ਦੇ ਥੱਲੇ, ਤਾਂ ਉੱਤੋਂ ਹੀ ਨਾ ਰੋਡ 'ਤੇ ਗੱਡੀਆਂ ਲੰਘ ਰਹੀਆਂ ਹੈਗੀਆਂ ਐਲੀਆਂ। ਔਰ ਮਾਸ਼ਾਅੱਲਾ ਬੜਾ ਹੀ ਪਿਆਰਾ ਪਿਆਰਾ ਨਾ ਇੱਥੇ ਨਜ਼ਾਰਾ ਹੈਗਾ, ਕਿਉਂਕਿ ਦਸਤੀ ਇੱਥੇ ਆਉਣ ਦਾ ਤਾਂ ਕਿਆ ਹੀ ਬਾਤ ਹੈ, ਬੜੀ ਪਿਆਰੀ ਪਿਆਰੀ ਠੰਡੀ ਠੰਡੀ ਹਵਾ ਖੁੱਲ੍ਹੀ ਹੋਈ ਹੈਗੀ, ਅਤੇ ਦਿਲ ਕਰਦਾ ਬੰਦਾ ਇੱਥੇ ਬੈਠਾ ਹੀ ਰਹੇ, ਬਹੁਤ ਹੀ ਪਿਆਰਾ ਪਿਆਰਾ ਨਾ ਮਾਹੌਲ, ਕਿਉਂਕਿ ਉਹ ਨਾ ਪਾਣੀ ਕਾਫੀ ਸਾਰਾ ਨਾ ਹਿੱਲ ਰਿਹਾ ਹੈਗਾ, ਪੱਥਰ ਲਗਾਏ ਹੋਏ ਉਹਨੇ ਭਾਈ ਉਹਨਾਂ ਨੇ, ਭਾਈ ਨਾ ਇੱਥੇ ਪਾਣੀ ਨਾ ਦਰਿਆ ਕਾਫੀ ਸਾਰਾ ਨਾਲ ਨਾ ਰੋਡ ਨੂੰ ਪੈ ਗਿਆ ਸੀ, ਤਾਂ ਕਰਕੇ ਨਾ ਪੱਥਰ ਉਹਨਾਂ ਕਾਫੀ ਸਾਰੇ ਸੈਂਟ ਫੈਂਕੇ ਹੋਏ ਹੈਗੇ। ਔਰ ਹਵਾ ਦੀ ਵਜ੍ਹਾ ਨਾਲ ਨਾ ਪਾਣੀ ਬੜਾ ਹੀ ਪਿਆਰਾ ਪਿਆਰਾ ਨਾ ਲੱਗ ਰਿਹਾ ਹੈਗਾ, ਕੈਂਚੀਆਂ ਵਿੰਚੀਆਂ ਮਾਰੇ, ਔਰ ਧੁੱਪ ਵੀ ਥੋੜ੍ਹੀ ਥੋੜ੍ਹੀ ਨਿਕਲ ਰਹੀ ਹੈਗੀ, ਔਰ ਇਸ ਸਾਈਡ 'ਤੇ ਪਰਿੰਦੇ ਵੀ ਫਿਰਦੇ ਬੰਦੇ ਹੈਗੇ, ਉਹ ਦੇਖੋ ਬਗਲੇ ਹੈਗੇ, ਔਰ ਨਾਲ ਕੁਛ ਹੋਰ ਚੀਜ਼ਾਂ ਵੀ ਹੈਗੀਆਂ। ਤਕਰੀਬਨ
ਇਹ ਵਾਲਾ ਦਰਿਆ ਕਿਸ ਟਾਈਮ ਹੁਣ ਆਇਆ ਨਾ, ਇਹ ਵਾਲਾ ਸਾਰਾ ਏਰੀਆ ਅੱਗੇ ਦਰਿਆ ਨਹੀਂ ਹੁੰਦਾ ਸੀ, ਕਿਉਂਕਿ ਇੱਕ ਵਾਰੀ ਮੈਂ ਪਿਛਲੀ ਵਾਰੀ ਆਇਆ ਸੀ ਨਾ ਅਤੇ ਇਸ ਜਗ੍ਹਾ ਦੇ ਵਿੱਚ ਮੈਂ ਖੜੋ ਕੇ ਵੀਡੀਓ ਬਣਾਈ ਸੀ, ਇੱਥੇ ਪਾਣੀ ਨਹੀਂ ਹੁੰਦਾ ਸੀ, ਹੁਣ ਨਾ ਪਾਣੀ ਇੱਦੂ ਦੀ ਆ ਕੇ ਨਾ ਬਿਲਕੁਲ ਨਾ ਰੋਡ ਦੇ ਨਾਲ ਨਜ਼ਦੀਕ ਬਿਲਕੁਲ ਨਾ ਇਹ ਵਾਲੀਆਂ ਖੰਭਾਂ ਨਾ ਬਣਾ ਲਈਆਂ ਹੈਗੀਆਂ, ਕਿਉਂਕਿ ਉਹਨਾਂ ਬਾਈ ਹੋਰਾਂ ਨੇ ਪੱਥਰ ਕਾਫੀ ਨਾ ਨਾਲ ਨਾਲ ਨਾ ਸਿੱਟੇ ਅੱਗੇ ਪਈ ਨਾ ਰੋਡ ਨੂੰ ਨੁਕਸਾਨ ਨਾ ਹੋਵੇ, ਔਰ ਕਾਫੀ ਸਾਰਾ ਸਾਰਾ ਦਰਿਆ ਹੀ ਦਰਿਆ ਕਿਸ ਟਾਈਮ ਪਾਣੀ ਆਉਂਦਾ ਸਾਰਾ ਬਿਲਕੁਲ ਹੀ ਐਲ ਏਰੀਆ ਨਾਲ ਸਾਰਾ ਪਾਣੀ ਪਾਣੀ ਹੁੰਦਾ ਹੈਗਾ। ਔਰ ਹੁਣ ਤਾਂ ਸੁਬਹਾ ਸੁਬਹਾ ਦਾ ਟਾਈਮ ਹੈਗਾ ਮੈਂ ਆਇਆ, ਅਤੇ ਪਿਛਲੇ ਟਾਈਮ ਨਾਲ ਕਾਫੀ ਸਾਰਾ ਨਾ ਰਸ਼ ਹੁੰਦਾ, ਕਿਉਂਕਿ ਸ਼ਹਿਰ ਵਾਲਾ ਸਾਹੀਵਾਲ ਇੱਥੇ ਨਜ਼ਦੀਕ ਹੀ ਹੈਗਾ, ਪੈ ਜਾਂਦਾ ਸਾਡੇ ਕੋਲ ਕੋਈ ਨਹੀਂ ਇੰਨਾ ਸਫ਼ਰ ਹੈਗਾ ਵੀ ਨਜ਼ਦੀਕ ਹੀ ਹੈਗੀ ਪੁਲ, ਅਤੇ ਔਰ ਸਾਹੀਵਾਲ ਵਾਲਿਆਂ ਨੂੰ ਕਾਫੀ ਸਾਰਾ ਨਾ ਬਣ ਜਾਂਦਾ ਹੈਗਾ ਸਫ਼ਰ, ਉਹ ਵਾਲੇ ਨਾ ਸ਼ਹਿਰ ਵਾਲੇ ਸ਼ਹਿਰਦਾਰੀ ਨਾਲ ਬਹੁਤ ਹੀ ਜ਼ਿਆਦਾ ਸਾਰੇ ਨੇ ਇੱਥੇ ਇੰਜੋਏ ਕਰਦੇ ਹੈਗੇ। ਔਰ ਚੱਲਦੇ ਹਾਂ ਹੁਣ ਵਾਪਸੀ, ਮੁੰਨ ਚੱਕਣੇ ਆ ਮੁੰਨ ਚੱਕ ਕੇ ਅਤੇ ਫਿਰ ਚੱਲਣੇ ਆ ਘਰ, ਕਿਉਂਕਿ ਸੌਦਾ ਵੀ ਲੈਣਾ ਕਰਿਆਨੇ ਦਾ, ਔਰ ਬੇਗਮ ਸਾਹਿਬਾ ਇਕੱਲੀ ਸ਼ੋਪ 'ਤੇ ਬੈਠੀ ਹੋਈ ਉੱਥੋਂ ਤੋਂ ਉਹ ਵਾਲਾ ਹੀ ਕੰਮ ਕਰਨਾ ਹੈਗਾ। ਮੈਂ ਕਿਹਾ ਚੱਲ ਥੋੜ੍ਹਾ ਕਹਿਣਾ ਨਾ ਬਾਈਆਂ ਭੈਣਾਂ ਨੂੰ ਵਿਜ਼ਿਟ ਕਰਾ ਦਿੱਤਾ ਜਾਵੇ ਦਰਿਆ ਰਾਵੀ ਦਾ, ਅਤੇ ਔਰ ਈਦ ਦੀ ਇੰਜੋਏ ਵੀ ਈਦ ਹੀ ਹੈਗੀ ਸੀ ਅੱਜ, ਕਿਉਂਕਿ ਸਾਡੇ ਕੋਲ ਪਿੰਡਾਂ ਥਾਵਾਂ 'ਤੇ 3 ਦਿਨ ਈਦ ਰਹਿੰਦੀ। ਉਹ ਭਾਈ ਵਿੱਚ ਨਾ ਮੱਝਾਂ ਲੈ ਕੇ ਜਾ ਰਿਹਾ ਹੈਗਾ, ਇਹ ਦੇਖ ਮੱਝ ਦਾ ਨਾ ਪੂਚਲ ਫੜ ਕੇ ਨਾ ਪਾਰ ਇਸਨੇ ਟੱਪ ਜਾਣਾ ਹੈਗਾ ਅੱਗੇ, ਕਿਉਂਕਿ ਮੇਰਾ ਮੋਬਾਈਲ ਅੱਛੇ ਰਿਜ਼ਲਟ ਆ ਨਾ ਨਹੀਂ ਹੈ, ਬੜਾ ਹੀ ਨਾ ਪਿਆਰਾ ਪਿਆਰਾ ਨਾ ਮਾਹੌਲ ਹੈਗਾ ਸੀ। ਉਹ ਵਾਲਾ ਨਾ ਬਾਈ ਕਿਹੜਾ ਹੈਗਾ ਨਾ ਮੱਝਾਂ ਲੈ ਕੇ ਤਾਂ ਉਹਦੇ ਨਾਲ ਨਾ ਪੂਚਲ ਫੜ ਕੇ ਤਾਂ ਉਹਨੇ ਪਾਰ ਟੱਪ ਜਾਣਾ ਹੈਗਾ, ਕਿਉਂਕਿ ਮੱਝਾਂ ਨਾ ਤਰ ਲੈਂਦੀਆਂ ਹੈਗੀਆਂ ਬਾਈ ਹੋਰੀ ਨਾਲ ਨਾ ਮੱਝਾਂ ਦੇ ਆਸਰੇ 'ਤੇ ਨਾ ਚਲੇ ਜਾਣਗੇ। ਹਾਂਜੀ, ਅਤੇ ਮੁੰਝ ਵਿੱਚ ਮੈਂ ਪਹੁੰਚਿਆ, ਕਿੱਥੋਂ ਲੈਣੀ ਹੈਗੀ ਇਹ ਵਾਲੀ ਮੁੰਝ ਹੈਗੀ, ਅਤੇ ਔਰ ਮੋਟਰਸਾਈਕਲ ਹੀ ਹੈਗਾ, ਔਰ ਬਿਲਕੁਲ ਨਾ ਦਰਿਆ ਦੇ ਨਜ਼ਦੀਕ ਹੀ ਹੈਗਾ, ਕਿਉਂਕਿ ਨਾ ਉੱਥੋਂ ਨਜ਼ਰ ਆਉਂਦਾ ਹੈਗਾ ਇਹ ਵਾਲਾ ਨਾ, ਉਹ ਸਾਹਮਣੇ ਦਰਿਆ ਖੜਾ, ਕਿਉਂਕਿ ਦਰਿਆ ਦੇ ਵਿੱਚ ਹੀ ਨਾ ਬਾਈ ਹੋਰੀ ਬੈਠੇ ਹੈਗੇ, ਅਤੇ ਮੈਂ ਕਿਹਾ ਚੱਲ ਨਾ ਪਿੰਡਾਂ ਥਾਵਾਂ 'ਤੇ ਵਿਜ਼ਿਟ ਕਰਾ ਦਿੱਤਾ ਜਾਵੇ, ਅਤੇ ਔਰ ਦਰਿਆ ਰਾਵੀ ਦਾ ਵੀ, ਔਰ ਗੰਦਾ ਮੀਂਹ ਇੱਥੇ ਨਾ ਥੋੜ੍ਹੀ ਥੋੜ੍ਹੀ ਨਾ ਪੱਕੀ ਖੜੀ, ਇੱਦੇ ਨਾ ਕੱਚੀ ਹੈਗੀ ਸਾਡੇ ਇਲਾਕੇ ਨਾ ਫੁੱਲ ਪੱਕ ਗਈ ਹੈਗੀ। ਹਾਂਜੀ, ਅਤੇ ਮੈਂ ਮੁੰਝ ਲੈ ਕੇ ਘਰ ਵਾਪਸੀ ਆ ਗਿਆ ਹੈਗਾ, ਔਰ ਬੇਗਮ ਸਾਹਿਬਾ ਨਾ ਖੋਲ੍ਹ ਰਹੀ ਹੈਗੀ, ਪਰ ਮਿਲੀ ਥੋੜ੍ਹੀ ਜਿਹੀ ਹੈਗੀ, ਤਕਰੀਬਨ 6 ਕਿਲੋ ਹੈਗੀ, 6 ਕਿਲੋ ਹੈਗੀ ਬਸ, ਹਾਂ 6 ਕਿਲੋ ਹੈਗੀ। ਚਲੋ ਕੁਛ ਤਾਂ ਸਰਕਟ ਚੱਲੇ, ਕੁਛ ਇੱਕ ਪੂਰ ਤਾਂ ਗੁਮੀ ਜਾਵੇਗਾ ਨਾ। ਉਹ ਬਾਈ ਹੋਰ ਕੋਲ 2-3 ਗੱਲ ਹੈਗੀ, ਉਹਨੇ ਕਿਹਾ ਸੀ ਨਾ ਬਾਈ ਗੰਦਾ ਵੱਢਣ ਲੱਗਿਆ ਹੁਣ ਸਾਡੇ ਕੋਲ ਨਹੀਂ ਆਉਣੀ, ਹਾਂ ਦੂਸਰੀ ਹੈਗੀ ਕਿਹੜੇ ਨਾ ਅੱਛੀ ਵਾਲੀ ਨਹੀਂ ਹੈਗੀ। ਚਲੋ ਕੋਈ ਨਹੀਂ, ਲਾ ਲਓ ਹੁਣ ਮੈਂ ਜਾ ਸੌਦਾ ਲੈ ਆਉਂਦਾ, ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਘਰ ਦਾ ਕਰ ਲਓ, ਠੀਕ ਹੋ ਗਿਆ? ਐਵੇਂ ਅੱਧੀ ਫੜ ਲੈਣੀ ਸੀ। ਹਾਂਜੀ, ਅਤੇ ਦੁਕਾਨ 'ਤੇ ਮੈਂ ਪਹੁੰਚਿਆ, ਔਰ ਬੋਤਲਾਂ ਵਗੈਰਾ ਕੱਢ ਲਈਆਂ ਹੈਗੀਆਂ, ਔਰ ਹੋਰ ਵੀ ਕਿਹੜੀਆਂ ਹੈਗੀਆਂ ਬੋਤਲਾਂ ਲੈਣੀਆਂ ਹੈਗੀਆਂ ਉਹ ਲੈ ਲੈਂਦੇ ਹਾਂ, ਔਰ ਦੂਸਰਾ ਕਰਿਆਨੇ ਵਾਲਾ ਸਮਾਨ ਲੈਣਾ ਹੈਗਾ ਉਹ ਵਾਲਾ ਨਾ ਲੈਂਦੇ ਹਾਂ, ਕਿਹੜਾ ਹੈਗਾ ਨਾ ਚੀਜ਼ਾਂ ਡਾਲ ਕਰਾਰੀਆਂ ਵੀ ਲੈਣੀਆਂ ਹੈਗੀਆਂ, ਕਿਉਂਕਿ ਖਤਮ ਹੋ ਗਈਆਂ ਸੀ ਬਿਲਕੁਲ ਹੀ ਨਾ, ਬੱਚੇ ਨੇ ਕੱਲ੍ਹ ਕਾਫੀ ਸਾਰੀਆਂ ਨਾ ਡਾਲ ਕਰਾਰੀਆਂ ਲਈਆਂ, ਔਰ ਇਹ ਵਾਲੀਆਂ ਵੀ ਕੁਆਲਿਟੀਆਂ ਹਰ ਕੁਆਲਿਟੀ ਦੇ ਨਾ ਇੱਕ ਇੱਕ ਪੀਸ ਲੈਂਦੇ ਹਾਂ, ਅਤੇ ਸ਼ੈਂਪੂ ਵੀ ਖਤਮ ਹੋਇਆ ਹੋਇਆ ਹੈਗਾ, ਕਲੜ ਸ਼ੈਂਪੂ ਦੀ ਵੀ ਲੈਂਦੇ ਹਾਂ, ਔਰ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਨਾ ਜ਼ਰੂਰਤਮੰਦ, ਕਿਹੜੇ ਬੱਚਿਆਂ ਦੀ ਚੀਜ਼ਾਂ ਹੈਗੀਆਂ ਨਾ ਉਹ ਵਾਲੀਆਂ ਲੈਂਦੇ ਹਾਂ, ਔਰ ਕਾਫੀ ਸਾਰੀਆਂ ਨਾ ਚੀਜ਼ਾਂ ਹੋਰ ਵੀ ਖਤੇ, ਸੇਵੀਆਂ ਵੀ ਹੋਰ ਲੈਂਦੇ ਹਾਂ, ਔਰ ਚਾਵਲ ਵਗੈਰਾ, ਖਜੂਰਾਂ ਵੀ ਮਾਸ਼ਾਅੱਲਾ ਜੀ, ਤੋਂ ਕਿ ਬਾਈ ਹੋਰ ਹੁਣ ਪਈਆਂ ਰਮਜ਼ਾਨ 'ਤੇ ਚਲਾ ਗਿਆ, ਪਰ ਹੁਣ ਘੱਟ ਹੀ ਸੇਲ ਹੁੰਦੀਆਂ ਹੈਗੀਆਂ ਸਾਡੇ ਕੋਲ ਪਿੰਡਾਂ ਥਾਵਾਂ 'ਤੇ, ਔਰ ਕੈਸਟਰ ਵੀ ਇੱਕ ਕਿਹੜਾ ਹੈਗਾ ਇਹ ਵਾਲਾ ਹੈਗਾ, ਇਸ ਤੋਂ ਅਲੱਗ ਲੈਣਾ ਹੈਗਾ ਇਹ ਵਾਲਾ, ਕਿਉਂਕਿ ਇਹ ਵਾਲੇ ਨਾ ਸਾਡੇ ਕਸਟਰ ਨਹੀਂ ਹੈਗੇ ਸੀ ਇਸ ਰੰਗ ਦੇ, ਕਿਉਂਕਿ ਕੱਲ੍ਹ ਵੀ ਨਾ ਗਾਹਕ ਮੁੜ ਗਿਆ ਹੈਗਾ, ਇਹ ਵਾਲਾ ਕਸਟਰ ਵੀ ਲੈਂਦੇ ਹਾਂ,
ਔਰ ਸਾਬਣ ਵਗੈਰਾ ਵੀ ਲੈਣੇ ਹੈਗੇ, ਉਹ ਬਿਸਕਟ ਵਗੈਰਾ ਵੀ ਲੈਂਦੇ ਹਾਂ ਕਿਉਂਕਿ ਕਿਹੜੀ ਕਿਹੜੀ ਚੀਜ਼ਾਂ ਹੈਗੀਆਂ ਨਾ ਉਹ ਵਾਲੀਆਂ, ਬੱਚਿਆਂ ਦੀ ਖਾਵਣ ਵਾਲੀਆਂ ਹੈਗੀਆਂ ਨਾ ਉਹ ਵਾਲੀਆਂ ਲੈਂਦੇ ਇਹ ਨਾ, ਕਿਉਂਕਿ ਫਿਰ ਇਹ ਜੂਸ ਵਗੈਰਾ ਹੈਗੇ ਇਹਦੇ ਨਾਲ ਨਾ ਬੱਚੇ ਬਿਮਾਰ ਹੋ ਜਾਂਦੇ ਨੇ, ਫਿਰ ਨਾ ਸਾਰੇ ਬੱਚੇ ਸਾਂਝੇ ਹੁੰਦੇ ਹੈਗੇ, ਬੱਚਿਆਂ ਬਿਮਾਰ ਵਾਲਿਆਂ ਨੇ ਕਿਹੜੀ ਚੀਜ਼ ਅੱਛੀ ਅੱਛੀ ਹੈਗੀ ਨਾ ਉਹ ਵਾਲੇ ਨਾ ਲਵਾਂਗੇ। ਹਾਂਜੀ, ਅਤੇ ਘਰੇ ਮੈਂ ਪਹੁੰਚਿਆ ਔਰ ਸਮਾਨ ਵੀ ਲੈਣ ਦਾ ਹੈਗਾ, ਬੋਰੇ ਦੇ ਵਿੱਚ ਨਾ ਲੈਣ ਦਾ ਵੀ ਨਾ ਰਾਹ 'ਚ ਡਿੱਗੇ ਨਾ ਕੋਈ ਚੀਜ਼ ਡਿੱਗ ਗਿਆ ਹੋਏ ਤਾਂ ਫਿਰ ਪਤਾ ਨਹੀਂ ਚੱਲਦਾ ਹੈਗਾ। ਕਾਫੀ ਸਾਰਾ ਸਮਾਨ ਹੈਗਾ ਮਾਸ਼ਾਅੱਲਾ, ਔਰ ਕਿਹੜਾ ਹੈਗਾ ਨਾ ਉਹ ਬੋਤਲਾਂ ਵਗੈਰਾ ਇੱਕ ਸਾਈਡ 'ਤੇ ਰੱਖਤੀ ਕਿਉਂਕਿ ਉਹਨੂੰ ਡਿੱਗਦੀਆਂ ਨਹੀਂ ਸੀ, ਉਹ ਕਾਫੀ ਸਾਰਿਆਂ ਨਾਲ ਪੈਟ ਬਣਿਆ ਹੁੰਦਾ, ਅਤੇ ਔਰ ਸਾਰਾ ਕਾਫੀ ਸਾਰਾ ਘੀ ਵਗੈਰਾ ਅਤੇ ਔਰ ਬਿਸਕਟ ਸਭ ਕੁਛ ਨਾ, ਔਰ ਪਰੀ ਵੀ ਸਾਡੀ ਜਨਾਬ ਹੈਲਪ। ਹਾਂਜੀ ਬਾਈ, ਹੈਲਪ ਕਰ ਰਹੇ ਹੋ? ਪਰੀ ਕਹਿ ਰਹੀ ਹਾਂਜੀ ਕਰ ਰਹੇ ਹਾਂ। ਕਾਫੀ ਸਾਰਿਆਂ ਨੇ ਸਮਾਨ ਮਾਸ਼ਾਅੱਲਾ ਲੈਣ ਦਾ ਕਿਉਂਕਿ ਈਦ ਦੀ ਸੇਲ ਕਾਫੀ ਸਾਰੀ ਹੋਈ ਸੀ, ਹਰ ਚੀਜ਼ ਲੈਣ ਦੀ ਹੈਗੀ, ਕਿਹੜੀਆਂ ਨਾ ਥੁੜਦੀਆਂ ਸੀ ਨਾ ਸਾਰੀਆਂ ਲੈਣ ਦੀਆਂ, ਠੀਕ। ਔਰ ਬੋਤਲਾਂ ਦੀ ਨਾ ਖੁਰਜੀ ਭਰ ਕੇ ਲੈਣ ਦੀ ਜੀ। ਇਹ ਮੱਛੀਆਂ? ਹਾਂ ਠੀਕ ਕੀਤਾ, ਠੀਕ ਕੀਤਾ, ਮੱਛੀਆਂ ਲੈਣ ਦੀ। ਔਰ ਆਸਤਾ ਆਸਤਾ ਨਾ ਤੁਸੀਂ ਸਮਾਨ ਜੁੜਾਓ ਅਤੇ ਫਿਰ ਉਸ ਤੋਂ ਬਾਅਦ ਮਿੱਟੀ ਗੋਲ ਲਵਾਂਗੇ, ਠੀਕ ਹੈ ਨਾ, ਕਿਉਂਕਿ ਠੰਡੀ ਠੰਡੀ ਆਵਾਜ਼ ਨਾ ਗੁੱਲੀ ਖੋਤੀ ਹੈ, ਮਿੱਟੀ ਗੋਲ ਲਵਾਂਗੇ ਅਤੇ ਔਰ ਦੁਆ ਕੁਛ ਸਾਰਾ ਕਿਹੜਾ ਨਾ ਕਰ ਲਵਾਂਗੇ। ਸਾਰਾ ਕਿਹੜਾ ਹੈਗਾ ਨਾ ਸਮਾਨ ਜੋੜ ਦਿੱਤਾ ਹੈਗਾ, ਔਰ ਔਰ ਕਿਹੜਾ ਹੈਗਾ ਨਾ ਬਾਹਰ ਡਾਲਾ ਵਗੈਰਾ ਸਾਰੀਆਂ ਬਾਹਰ ਟੰਗ ਦਿੱਤੀਆਂ ਹੈਗੀਆਂ, ਔਰ ਸ਼ੈਂਪੂ ਵੀ ਬਾਹਰ ਟੰਗ ਦਿੱਤੇ ਆ, ਕਾਫੀ ਸਾਰੇ ਸਮਾਨ ਔਰ ਸਾਰਾ ਸਮਾਨ ਜੋੜ ਦਿੱਤਾ ਹੈਗਾ ਬਸ ਜੋੜ ਔਰ ਕਿਹੜੀ ਹੈਗੀ ਨਾ ਦਾਲ ਦਾਲ ਦੀ ਲੈਣੀ ਸੀ ਲੇਕਿਨ ਖਤਮ ਹੋਈ ਸੀ, ਉਹ ਉਹਨਾਂ ਨੇ ਖਤਮ ਰਹਿ ਲੈਣੇ ਔਰ ਨਾਲ ਨਾ ਪਰੀ ਮੇਰੀ ਕਾਫੀ ਸਾਰੀ ਨਾਲ ਹੈਲਪ ਕਰ ਰਹੀ ਹੈਗੀ ਨਾਲ, ਔਰ ਦਾਣਾ ਇੱਥੇ ਲਾ ਕੇ ਦੂਸਰਾ ਸਮਾਨ ਕਿਹੜਾ ਹੈਗਾ ਗੀ ਵਗੈਰਾ ਉੱਥੇ ਜੋੜ ਦਿੱਤਾ, ਇਸ ਘਰ ਸਾਹਮਣੇ ਤੋਰ ਪੱਤੀਆਂ ਉਸ ਸਾਈਡ 'ਤੇ, ਔਰ ਰਹਿ ਗਏ ਛਾਪਰ, ਛਾਪਰ ਵੀ ਨਾ ਫੋਕਸ ਹੈ ਇਹ ਵੀ ਨਾਲ ਨਾ ਟੰਗ ਦਿੰਦੇ ਹਾਂ। ਲੇਕਿਨ ਹਰ ਕੁਆਲਿਟੀ ਲੈਣ ਦੇ ਕਿੰਨਾ ਛੋਟਾ ਵੀ ਕੋਈ ਪਾਈਏ ਅੱਧੇ ਕਿਲੋ ਵਾਲੀ ਚੀਜ਼ ਨਹੀਂ ਲੈਂਦਾ ਹੈਗਾ। ਇਹ ਉਸ ਥੋੜ੍ਹੇ ਦਿੱਤੇ ਹੈਗੇ ਇਹ ਸਭ ਕੁਛ ਦਿੱਤੇ ਹੈਗੇ ਹਾਂਜੀ, ਅਤੇ ਸੌਦਾ ਵੀ ਜੋੜ ਲਿਆ ਸੀ ਔਰ ਮਿੱਟੀ ਵੀ ਕਿਹੜੀ ਗਈ ਨਾ ਗੋਲ ਹੀ ਸੀ, ਔਰ ਬੇਗਮ ਸਾਹਿਬਾ ਨੂੰ ਬਾਹਰ ਨਾ ਸੁੱਟ ਦਿੱਤੀ ਸੀ, ਬੇਗਮ ਸਾਹਿਬਾ ਇੱਕ ਦੋ ਤੰਦੂਰ ਲਿਪ ਲਏ ਨੇ ਔਰ ਆਖਰੀ ਤੰਦੂਰ ਦੇ ਵਿੱਚ ਨਾ ਬੈਠੀ ਹੋਈ ਉਹ ਵੀ ਲਿਪ ਲੈਂਦੇ ਹਾਂ, ਅਤੇ ਔਰ ਕਾਫੀ ਸਾਰਾ ਨਾ ਘੀ ਫਿਰ ਨਾ ਡੁੱਲਣਾ ਸ਼ੁਰੂ ਹੋ ਗਿਆ ਹੈਗਾ ਕਿਉਂਕਿ ਨਾ ਇਸ ਗੱਲੋਂ ਮੈਂ ਜ਼ਿਆਦਾਤਰ ਨਾ ਹੁਣ ਲੈ ਵੀ ਆਉਂਦਾ ਤਾਂ ਪੈਕਟਾਂ ਦੇ ਵਿੱਚ ਹੀ ਪਿਆ ਹੋਇਆ ਹੈਗਾ, ਇਹ ਤਰੀਕੇ ਛਾਪਰ ਕਿਹੜੇ ਹੈਗੇ ਨਾ ਇਹਨਾਂ ਦੇ ਵੀ ਨਰਮ ਹੋ ਜਾਂਦਾ, ਕਿਉਂਕਿ ਬਾਈ ਇੱਕ ਦਾ ਕਮਿੰਟ ਆਇਆ ਸੀ, ਬਾਈ ਕਹਿੰਦਾ ਪਿਆ ਸੀ ਬਾਈ ਇਹ ਸਿਸਟਰ ਹੈਗੀ ਬਈ ਦੁਕਾਨ ਨਾ ਬਾਈ ਘਟਾ ਰਹੇ, ਦੁਕਾਨ ਅਸੀਂ ਨਾ ਨਹੀਂ ਘਟਾਵਾਂਗੇ ਇਨਸ਼ਾਅੱਲਾ ਤਾਲਾ, ਅੱਲਾ ਦੀ ਬਰਕਤ ਨਾਲ ਨਾ ਕਾਫੀ ਸਾਰੇ ਨੋਣ ਨਾ ਵੱਧ ਜਾਵੇਗੀ, ਔਰ ਇੱਥੇ ਨਾ ਬੋਤਲਾਂ ਜੋੜ ਦਿੰਦੇ ਹਾਂ, ਬੋਤਲਾਂ ਇੱਕ ਨਾ ਬਹਿਰ ਹੀ ਰੱਖ ਦਿੱਤੀਆਂ ਹੈਗੀਆਂ ਕਿਉਂਕਿ ਨਾ ਇੱਥੇ ਨਾ ਦੇਖਣਗੇ ਅਮਲਾ ਮਾਲ ਹੈ ਸਾਰੀ ਦੁਨੀਆ, ਅਤੇ ਔਰ ਕਿਹੜੀ ਹੈਗੀ ਬੇਗਮ ਸਾਹਿਬ ਆਪਣਾ ਤੰਦੂਰ ਲਿਪ ਰਹੀ ਹੈਗੀ। ਹਾਂਜੀ ਕਿੰਨੇ ਕੁ ਰਹਿ ਗਏ? ਬਸ ਆਖਰੀ ਰਹਿ ਗਿਆ, ਚਲੋ ਬਿਹਤਰ ਹੈਗਾ ਲਿਪ ਲਓ, ਬੇਗਮ ਸਾਹਿਬ ਭਾਈ ਆਪਣਾ ਤੰਦੂਰ ਨਾਲ ਆਖਰੀ ਰਹਿ ਗਿਆ, ਔਰ ਡਾਲਾਂ ਵਗੈਰੀਆਂ ਖੇਡੀ ਹੈਗੀ ਨਾ ਸਾਰੀਆਂ ਇਹਨਾਂ ਮੈਂ ਬਾਹਰ ਲਾ ਦਿੱਤੀਆਂ ਹੈਗੀਆਂ, ਮਿੱਟੀ ਗੋਲ ਹੀ ਹੈਗੀ ਸਾਰਾ ਕਿਹੜਾ ਹੈਗੇ ਨਾ
ਔਰ ਸਬਜ਼ੀ ਦੇ ਨਾ ਦਿਲ ਨਹੀਂ ਕਰ ਰਿਹਾ ਵੀ ਨਾ ਲਿਆਵਣ ਕਰਨ ਕਿਉਂਕਿ ਵਿਕਦੀ ਹੈ ਨਹੀਂ, ਕਾਫੀ ਦਿਨਾਂ ਦੀ ਨਾ ਪਈ ਹੋਈ ਹੈਗੀ ਅਤੇ ਸਬਜ਼ੀ 'ਚ ਗਾਟਾ ਹੀ ਪੈ ਰਿਹਾ ਹੈਗਾ ਅਤੇ ਉਹਦੇ ਨਾਲ ਬਿਹਤਰ ਹੈਗਾ ਗਰਮੀਆਂ ਦੀ ਦਿਹਾੜੀ, ਇੱਕ ਤਾਂ ਬਾਹਰ ਨਾ ਛਾਂ ਨਹੀਂ ਹੈਗੀ, ਸਾਡੇ ਕੋਲ ਧੁੱਪ ਹੈਗੀ, ਧੁੱਪ ਨਾਲ ਸਬਜ਼ੀ ਸਾਰੇ ਨਾਲ ਖਰਾਬ ਹੋ ਜਾਂਦੀ ਔਰ ਅੰਦਰ ਰੱਖਣ ਦੀ ਵੀ ਜਗ੍ਹਾ ਨਹੀਂ ਹੈਗੀ ਅਤੇ ਹਾਲਾਂਕਿ ਸਬਜ਼ੀ ਨਾਲ ਸਰਕਟ ਚੱਲਦਾ ਅੱਛਾ ਪਿਆ ਸੀ ਬਿਨਾਂ ਕਿਹੜਾ ਕਹਿੰਦਾ ਘਰ ਦੀ ਵੀ ਚੱਲ ਜਾਂਦੀ ਹੈਗੀ ਸਬਜ਼ੀ ਤਾਂ ਔਰ ਸੇਲ ਨਹੀਂ, ਸੇਲ ਜ਼ਿਆਦਾਤਰ ਨਹੀਂ ਹੁੰਦੀ ਹੁਣ ਗਰਮੀਆਂ 'ਚ ਨਾ ਇੱਕ ਤੋਂ ਦੂਸਰੇ ਦਿਨ ਨਾਲ ਖਰਾਬ ਹੋ ਜਾਂਦੀ ਹੈਗੀ ਅਤੇ ਫਿਰ ਨਾ ਸੁੱਟਣੀ ਪੈਂਦੀ, ਉਹਨਾਂ ਨੂੰ ਬਿਹਤਰ ਹੈ ਗਰਮੀਆਂ ਦੇ ਵਿੱਚ ਸਬਜ਼ੀ ਛੱਡ ਦਿੰਦੇ ਹਾਂ ਅਤੇ ਸਰਦੀਆਂ ਦੇ ਵਿੱਚ ਨਾ ਲੈ ਆਵਾਂਗੇ। ਔਰ ਇਹ ਵਾਲਾ ਨਾ ਇੱਕ ਤੰਦੂਰ, ਇਹ ਵਾਲਾ ਲਿਪਲੈਸ ਹੋਏਗਾ ਅਤੇ ਇੱਕ ਨੂੰ ਉਹ ਵਾਲਾ ਅਤੇ ਔਰ ਨਾ ਇਹ ਵਾਲਾ ਨਾ ਤੀਸਰਾ ਤੰਦੂਰ ਕਿਹੜਾ ਹੈਗਾ ਨਾ ਉਹ ਵਾਲਾ ਨਾ ਲਿਪਰੀ ਕਾਫੀ ਨਾ ਮੁਸ਼ਕਿਲ ਨਾਲ ਨਾ ਇਹ ਵੱਡੇ ਜ਼ਿਆਦਾ ਹੈਗੇ। ਹਾਂਜੀ ਅਤੇ ਹੁਣ ਹੈਗਾ ਸੁਖਿਆਈ ਹੈਗੀ ਬਾਹਰ ਨਾ ਬਸ ਉਹ ਕਰਨ ਨਾਲ ਥਾਪੀ ਲਾਈ ਰੱਖਣੀ ਥੱਲੇ ਹੋਣਾ, ਜ਼ਿਆਦਾਤਰ ਨਾ ਮੁਸ਼ਕਿਲ ਥੱਲੇ ਹੁੰਦੀ ਕਿ ਥੱਲੇ ਨਾ ਬਣਾਉਣ ਵਾਸਤੇ ਅਤੇ ਔਰ ਹੁਣ ਨਾ ਉਹ ਤਾਂ ਕੋਈ ਮੁਸ਼ਕਿਲ ਹੋਵੇ, ਬਸ ਦੁੱਪ ਤਾਂ ਹੈਗੀ ਪਰ ਕੀ ਕਰੀਏ ਰੋਜ਼ ਵੀ ਫਿਰ ਕਮਾਉਣੀ ਹੈਗੀ। ਚਲੋ ਦੱਸਤੀ ਜਲਦੀ ਜਲਦੀ ਨੂੰ ਤੁਸੀਂ ਲਿਖ ਲਓ। ਹਾਂਜੀ ਅਤੇ ਪੋਚਾ ਵਗੈਰਾ ਮੈਂ ਫੇਰ ਲਿਆਗਾ, ਉਹਨਾਂ ਤੰਦੂਰੀਆਂ ਨੂੰ ਪੋਚਾ ਫੇਰਨਾ ਸੀ ਔਰ ਇਸ ਤੰਦੂਰ ਨੂੰ ਵੀ ਨਾ ਪੋਚਾ ਫੇਰ ਲਿਆਗਾ। ਸ਼ੁਕਰ ਅੱਲਾ ਪਾਕ ਅਤੇ ਜ਼ਾਤ ਦਾ, ਲੱਖ ਲੱਖ ਤੰਦੂਰੀ ਦੇਖਣਾ ਉਸ ਅਗਲੀ ਸਾਈਡ ਤੋਂ ਨਾ ਉਹ ਕਿਤੇ ਜਗ੍ਹਾ ਖਾਲੀ ਨਜ਼ਰ ਆ ਰਹੀ, ਉੱਥੋਂ ਨਾ ਇੱਕ ਸੇਲ ਹੋਊਗੀ। ਸ਼ੁਕਰ ਅੱਲਾ ਪਾਕ ਦੀ ਜ਼ਾਤ, ਅੱਲਾ ਪਾਕ ਨੇ ਰੋਜ਼ੀ ਦਿੱਤੀ ਮਾਲਕ ਦੀ। ਹਾਂਜੀ ਬਸ ਸੁਰਿੰਦਰ ਆਖਿਆ ਬੜਾ ਵੀ ਸਿਆਣਾ ਬੱਚਾ ਹੈ ਔਰ ਪਰੀ ਨੂੰ ਨਾ ਪਿਆਜ਼ ਮਿਲਿਆ ਸੀ ਉੱਥੋਂ ਬਾਹਰ ਅਤੇ ਉਹ ਆਖੀ ਨੇ ਕਹਿ ਦਿੱਤੀ ਹੈਗੀ ਨਾ ਅੰਦੇ ਰੱਖਿਆ ਔਰ ਪਸੀਨਾ ਵੀ ਨਾ ਕਾਫੀ ਸਾਰਾ ਲੈ ਆਇਆ ਹੈਗਾ। ਥੋੜ੍ਹਾ ਜਿਹਾ ਨਾ ਪੰਖੇ ਦੀ ਹਵਾ 'ਤੇ ਨਾ ਬਹਿੰਦੇ ਹਾਂ, ਥੋੜ੍ਹਾ ਜਿਹਾ ਟ੍ਰੇਨ ਆਰਾਮ ਕਰਦੇ ਹਾਂ। ਕਾਫੀ ਸਾਰਾ ਨਾ ਗਰਮੀ ਵੀ ਅੱਜ ਨਾ ਥੋੜ੍ਹੀ ਥੋੜ੍ਹੀ ਹਵਾ ਹੀ ਗੁੱਲੀ ਹੋਈ ਪਰ ਨਾ ਮੌਸਮ ਚੇਂਜ ਹੋ ਗਿਆ ਤਾਂ ਕਰਕੇ ਕਾਫੀ ਸਾਰੀ ਨਾ ਗਰਮੀ ਵੀ ਪੈ ਗਈ ਔਰ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਮਾਸ਼ਾਅੱਲਾ ਅੱਲਾ ਪਾਕ ਦੀ ਜ਼ਿੰਦਗੀ ਕਰੇ ਤੁਹਾਡੇ, ਕਿਹੜੀ ਸਾਡੇ ਮਾਸ਼ਾਅੱਲਾ ਇੰਨੇ ਪਿਆਰੇ ਪਿਆਰੇ ਨਾ ਕਮੈਂਟ ਨਾਲ ਕਰਦੇ ਹੈਗੇ। ਬਹੁਤ ਈਦ ਮੁਬਾਰਕਾਂ ਮਾਸ਼ਾਅੱਲਾ ਸਿਸਟਰ ਮੈਨੂੰ ਵੀ ਦਿੱਤੀ ਹੈਗੀ ਔਰ ਬਾਈ ਵੀ ਹੈਗੇ ਬਹੁਤ ਅੱਛੇ ਹੈਗੇ, ਅੱਲਾ ਪਾਕ ਸਾਰਿਆਂ ਦੀ ਜ਼ਿੰਦਗੀ ਕਰੇ। ਮਾਸ਼ਾਅੱਲਾ ਕਾਫੀ ਕਮੈਂਟ ਕਰਕੇ ਨਾ ਈਦ ਮੁਬਾਰਕ ਰੱਖੀ ਨੇ, ਤੁਹਾਨੂੰ ਬਾਈਆਂ ਭੈਣਾਂ ਸਾਰਿਆਂ ਨੂੰ ਈਦ ਮੁਬਾਰਕ। ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਸਾਰੇ ਬਾਈਆਂ ਭੈਣਾਂ ਦਾ, ਅੱਲਾ ਪਾਕ ਤੁਹਾਡੀ ਕਾਰੋਬਾਰ ਬਰਕਤਾਂ ਪਾਵੇ ਸਾਰਿਆਂ 'ਤੇ, ਅੱਲਾ ਪਾਕ ਰਹਿਮਤ ਕਰੇ ਮੇਰਾ ਸੋਹਣਾ ਮਾਲਕ। ਅਸੀਂ ਹਰ ਵਕਤ ਸਾਰੇ ਬਾਈਆਂ ਭੈਣਾਂ ਦੁਆ ਹੀ ਯਾਦ ਰੱਖਣੇ ਹਾਂ ਅਤੇ ਔਰ ਬੇਗਮ ਸਭਾ ਵੀ ਆਪਣਾ ਕੰਮ ਧੰਦਾ ਨਾ ਕਰਕੇ ਆ ਜਾਂਦੀ ਹੈਗੀ, ਫਿਰ ਨਾ ਰੋਟੀ ਪਾਣੀ ਦੀ ਕਰਨੇ ਆ ਵੀ ਕਾਫੀ ਸ਼ਾਮ ਹੋਣ ਚੱਲੀ ਹੈਗੀ ਕਿਉਂਕਿ ਸਾਰਾ ਆਪਣਾ ਨਾ ਮੈਂ ਕੰਮ ਕਰ ਲਿਆ ਹੈਗਾ ਔਰ ਸਫਾਈ ਵਗੈਰਾ ਇੱਥੇ ਬਿਸਕਟ ਵਗੈਰਾ ਵੀ ਟੋਟਲ ਲਾ ਲਏ ਗਏ, ਬੋਤਲਾਂ ਕੁਛ ਨਾ ਅੱਗੇ ਰੱਖ ਦਿੱਤੀਆਂ ਹੈਗੀਆਂ ਔਰ ਦੂਸਰੀਆਂ ਬੋਤਲਾਂ ਨਾ ਕੁਛ ਨਾ ਇੱਥੇ ਜੋੜ ਦਿੱਤੀਆਂ ਹੈਗੀਆਂ ਉੱਤੇ ਨਾ ਤਕਰੀਬਨ ਉਹ ਵਾਲੇ ਸਾਈਡ 'ਤੇ ਨਾ ਅਤੇ ਦੂਸਰੀਆਂ ਬੋਤਲਾਂ ਵਿੱਚ ਨਾ ਕਾਫੀ ਸਾਰੀ ਨਾ ਫਰੀਜ਼ਰ ਫੁੱਲ ਕਰ ਦਿੱਤੀ ਹੈਗੀ ਤਕਰੀਬਨ ਇਹ ਵੇਖੋ ਫਰੀਜ਼ਰ ਹੀ ਫੁੱਲ ਹੋ ਗਈ ਹੈਗੀ ਅਤੇ ਔਰ ਨਾਲ ਕਿਹੜਾ ਹੈਗਾ ਨਾ ਆਸਤਾ ਆਸਤਾ ਨਾ ਇਹ ਸੇਲ ਵੀ ਸ਼ੁਕਰ ਅਲਹਮਦੁਲਿਲਾ ਹੋ ਰਹੀ ਹੈਗੀ ਔਰ ਚੀਨੀ ਦਾ ਵੀ ਹੈ ਜੀ ਮਾਸ਼ਾਅੱਲਾ ਥੈਲਾ ਪੂਰਾ ਹੀ ਪਿਆ ਹੈਗਾ ਔਰ ਪਿੱਛੇ ਨਾ ਫਿਰ ਨਾ ਲੈ ਲਵਾਂਗੇ ਚਾਵਲ ਵਗੈਰਾ ਔਰ ਸਾਰਾ ਟੋਟਲ ਸਮਾਨ ਦੂਸਰਾ ਵੀ ਜੋੜ ਦਿੱਤਾ ਹੈਗਾ। ਹਾਂਜੀ ਅਤੇ ਹਾਂਜੀ ਅਤੇ ਮੈਂ ਵੀ ਘਰੇ ਆ ਗਿਆ ਸੀ ਔਰ ਬੇਗਮ ਸਾਹਿਬਾ ਵੀ। ਹਾਂਜੀ ਕੀ ਕਰ ਰਹੇ ਹੋ? ਹਾਂਜੀ ਚਲੋ ਭੁੱਖ ਬਹੁਤ ਲੱਗੀ ਖੋਤੀ ਤੇ ਤੁਸੀਂ ਨਾ ਪਹਿਲੇ ਰੋਟੀ ਪਕਾ ਲਓ ਤੇ ਇਹ ਸੁਬਾਹ ਕੱਪੜੇ ਧੋ ਲਵਾਂਗੇ ਕੱਪੜੇ ਤੇ ਮੈਂ ਵੀ ਚੱਲ ਕੇ ਸ਼ੋਪ 'ਤੇ ਬਹਿਣਾ। ਕਾਫੀ ਸਾਰਾ ਨਾ ਅੱਜ ਕੰਮ ਨਾ ਕਾਫੀ ਸਾਰਾ ਹੈਗਾ ਸੀ ਬਹੁਤ ਸਾਰਾ ਕਿਉਂਕਿ ਹੁਣ ਨਾ ਗਰਮੀਆਂ ਦੇ ਦਿਨ ਆ ਗਏ, ਦੁਪਹਿਰ ਟਾਈਮ ਨੂੰ ਨਾ ਅੱਖਾਂ ਨਾਲ ਪੀੜ ਹੁੰਦੀਆਂ ਕਿਉਂਕਿ ਸੁਬਾਹ ਸੁਬਾਹ ਉੱਠਣਾ ਹੁੰਦਾ ਅਤੇ ਔਰ
ਤਕਰੀਬਨ 9-10 ਵਜੇ ਤੱਕ, 9:30 ਵਜੇ ਤੱਕ ਸ਼ੋਪ ਮੈਂ ਰਾਤ ਨੂੰ ਖੋਲ੍ਹਣਾ ਅਤੇ ਤਾਂ ਕਰਕੇ ਹੁਣ ਅੱਖਾਂ ਬਿਲਕੁਲ ਨਾ ਦਰਦ ਕਰ ਰਹੀਆਂ ਕਿ ਬਿਲਕੁਲ ਨਾ ਨੀਂਦ ਪੈ ਗਈ ਯਾਰ। ਅਤੇ ਔਰ ਸਾਡੀ ਵੀਡੀਓ ਅੱਛੀ ਲੱਗੀ ਲਾਈਕ ਕਮੈਂਟ ਜ਼ਰੂਰ ਕਰਨਾ ਹੈਗਾ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਸਾਡੀ ਵੀਡੀਓ, ਐਂਡ ਤੁਹਾਡੀ ਵੇਖ ਨਹੀਂ ਪੈਣਾ ਭਾਈਆਂ ਦੀ ਬੜੀ ਮਿਹਰਬਾਨੀ ਜਿਹੜੀ ਇੰਨੀ ਸਾਡੀ ਸਪੋਰਟ ਕਰਦੇ, ਤੁਹਾਡੀ ਸਪੋਰਟ ਨਾਲ ਮਾਸ਼ਾਅੱਲਾ ਚੈਨਲ ਕਾਫੀ ਚੱਲ ਰਿਹਾ ਅਤੇ ਮਾਸ਼ਾਅੱਲਾ ਕਾਫੀ ਚੱਲ ਰਿਹਾ। ਅੱਲਾ ਮੀਆਂ ਸਾਡੇ ਭੈਣਾਂ ਭਾਈਆਂ ਦੇ ਕਾਰੋਬਾਰ 'ਚ ਬਰਕਤਾਂ ਪਾਵੇ, ਅੱਲਾ ਮੀਆਂ ਸਖਤੀਆਂ ਮੁਸੀਬਤਾਂ ਤੋਂ ਦੂਰ ਰੱਖੇ, ਜਿਹੜਾ ਨਾ ਅੱਲਾ ਮੀਆਂ ਤੁਹਾਡੇ ਬੱਚਿਆਂ ਦੇ ਕਾਰੋਬਾਰ 'ਚ ਬਰਕਤਾਂ ਪਾਵੇ, ਅੱਲਾ ਮੀਆਂ ਉਹਨਾਂ 'ਤੇ ਆਪਣੀ ਰਹਿਮਤ ਕਰੇ, ਤੇ ਅੱਲਾ ਮੀਆਂ ਤੁਹਾਡਾ ਜਿਹੜਾ ਨਾ ਕਾਰੋਬਾਰ ਵਧਾਈ ਜਾਵੇ, ਆਮੀਨ ਆਮੀਨ, ਗੁਣਾ ਦੇਵੇ ਸਾਡੇ ਭੈਣਾਂ ਨੂੰ ਇਤਨਾ ਕਿ ਸਾਡੇ ਭੈਣਾਂ ਭਾਈਆਂ ਨੂੰ ਦੇਵੇ ਅੱਲਾ ਮੀਆਂ ਕਿ ਕੁੰਜ ਦਾ ਥੱਕੇ ਨਹੀਂ ਨਾ, ਆਮੀਨ। ਤੇ ਜੇ ਕਿਤੋਂ ਗਲਤ ਹੋ ਜਾਵੇ ਜਾਂ ਥੋੜੀ ਬਹੁਤੀ ਕੋਈ ਗੱਲ ਗਲਤ ਹੀ ਹੁੰਦੀ ਵਿੱਚ, ਅਸੀਂ ਭੈਣਾਂ ਭਾਈਆਂ ਕੋਲੋਂ ਦਿਲੋਂ ਮਾਜ਼ਰਤ ਚਾਹੁੰਦੇ ਹਾਂ। ਹਾਂਜੀ, ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ, ਕਿਉਂਕਿ ਅੱਜ ਕੱਲ ਨਾ ਈਦ ਦਾ ਮੌਕਾ ਹੈਗਾ, ਕਿਉਂਕਿ ਨਾ ਈਦ ਸਾਰੇ ਨੇ ਇੰਜੋਏ ਬਹੁਤ ਅੱਛੀ ਕਰ ਰਹੇ ਹੈਗੇ ਸਾਰੇ, ਸਾਡੇ ਕੋਲ ਤਾਂ ਮਾਸ਼ਾਅੱਲਾ। ਹਾਂਜੀ, ਤੇ ਅੱਜ ਭਾਈਆਂ ਭੈਣਾਂ ਨੂੰ ਕੋਈ ਥੋੜਾ ਜਿਹਾ ਵਿਜ਼ਿਟ ਕਰਾਇਆ ਹੈਗਾ, ਤੇ ਔਰ ਇੱਕ ਭਾਈ ਦਾ ਕਮੈਂਟ ਆਇਆ ਸੀ ਤੇ ਉਹ ਵੀ ਨਾ ਬਹੁਤ ਮਿਹਰਬਾਨੀ, ਅੱਲਾ ਪਾਕ ਤੁਹਾਡੀ ਜ਼ਿੰਦਗੀ ਕਰੇ, ਬਹੁਤ ਅੱਛੇ ਅੱਛੇ ਕਮੈਂਟ ਕਰਦੇ ਨੇ, ਅੱਲਾ ਪਾਕ ਦੇ ਨੇਕ ਬੰਦੇ ਮਾਸ਼ਾਅੱਲਾ ਸਾਡੀ ਬਹੁਤ ਹੈਲਪ ਕੀਤੀ ਅੱਲਾ ਪਾਕ ਦੇ ਬੰਦਿਆਂ ਨੇ, ਅੱਲਾ ਪਾਕ ਉਹਨਾਂ ਨੂੰ ਸੋਹਣਾ ਮਾਲਿਕ ਰਹਿਮਤ ਕਰੇ, ਉਹਨਾਂ ਦੀ ਫੈਮਿਲੀਆਂ ਨੂੰ ਅੱਲਾ ਪਾਕ ਤੰਦਰੁਸਤੀਆਂ ਦੇ, ਬਿਮਾਰੀਆਂ ਤੋਂ ਦੂਰ ਕਰੇ, ਤੇ ਉਹਨਾਂ ਦੇ ਕਾਰੋਬਾਰ ਲੱਖਾਂ ਤੇ ਕਰੋੜਾਂ ਦੇ ਹਿਸਾਬ ਨਾਲ ਬਰਕਤਾਂ ਪਾਵੇ, ਜਿਹੜੇ ਮਾਸ਼ਾਅੱਲਾ ਇੰਨੇ ਪਿਆਰੇ ਪਿਆਰੇ ਗਿਫਟ ਸਾਡੇ ਲਈ ਮਾਸ਼ਾਅੱਲਾ ਭੇਜੇ ਨੇ। ਹਰ ਵਕਤ ਉਹਨਾਂ ਅੱਲਾ ਪਾਕ ਦੇ ਬੰਦਿਆਂ ਨੂੰ ਅਸੀਂ ਤਾਂ ਦੁਆਈ ਕਰਨੇ ਔਰ ਕਰਦੇ ਰਹਾਂਗੇ। ਤੇ ਅੱਜ ਦੇ ਵਲੋਗ ਵਿੱਚ ਲੈਣਾ ਇਜਾਜ਼ਤਾਂ, ਅੱਲਾ ਹਾਫਿਜ਼। ਔਰ ਇੱਕ ਬਾਈ ਦਾ ਨਾ ਹੋਰ ਦਾ ਕਮੈਂਟ ਆਇਆ ਸੀ, ਬਾਈ ਨਾ ਇਹਨੂੰ ਤੁਸੀਂ ਨਾ ਜਲਦੀ ਨਾਲ ਨਾ ਤੁਸੀਂ ਪਾਣੀ ਉੱਤੇ ਛਿੜਕ ਕੇ ਨਾ ਅਤੇ ਇਹਨੂੰ ਇੱਕ ਦੋ ਵਾਰੀ ਨਾ ਦਮੋਸਾ ਮਾਰੋਗੇ ਨਾ ਉੱਤੇ ਨਾ, ਕਿਉਂਕਿ ਨਾ ਦਮੋਸਾ ਮੈਂ ਇੱਕ ਵਾਰੀ ਫੇਰਿਆ ਹੈਗਾ, ਇਹ ਵਾਲਾ ਪਿਆ ਹੈਗਾ, ਅਤੇ ਪਾਣੀ ਛਿੜਕ ਕੇ ਨਾ ਇੱਕ ਦੋ ਵਾਰੀ ਫੇਰੋਗੇ ਨਾ ਤਾਂ ਬਿਲਕੁਲ ਨਾ ਇਹ ਨੀਹਾਂ ਦੇ ਨਾਲ ਨਾਲ ਨਾ ਫਿਰ ਪਾਣੀ ਨਹੀਂ ਪਵੇਗਾ, ਇਹਦੇ ਉੱਤੇ ਨਾ ਜਜ਼ਬ ਆਉਂਦਾ ਰਹੇਗਾ। ਅਤੇ ਇਹਨੂੰ ਨਾ ਹੁਣ ਮੈਂ ਹੁਣ ਤਾਂ ਕਾਫੀ ਸਾਰਾ ਨਾ ਬਿਲਕੁਲ ਬਹੁਤ ਸਾਰਾ ਥੱਕਾ ਖੋਤਾ, ਅਤੇ ਸੁਬਹਾ ਕਿਹੜਾ ਹੈ ਨਾ ਫਸਟ ਟਾਈਮ ਨਾ ਇਹਦੇ ਉੱਤੇ ਪਾਣੀ ਛਿੜਕ ਕੇ ਅਤੇ ਦੁਬਾਰਾ ਫਿਰ ਨਾ ਇੱਕ ਵਾਰੀ ਨਾ ਚੰਗਾ ਗੁਰਮਟ ਮਾਰਾਂਗੇ, ਫਿਰ ਨਾ ਬਹਿ ਜਾਵੇਗਾ। ਔਰ ਅੱਲਾ ਪਾਕ ਹਿੰਮਤ ਦੇਵੇਗਾ ਸੋਹਣਾ ਮਾਲਕ, ਇਨ ਸ਼ਾ ਅੱਲਾ ਤਾਲਾ ਆਸਤਾ ਆਸਤਾ ਨਾ ਅਸੀਂ ਆਪਣੇ ਛੱਤ ਬਣਾ ਲਈ ਅਤੇ ਫਿਰ ਨਾ ਦੋ ਕਮਰੇ 'ਚ ਆਜ਼ਾਦੀ ਹੋ ਜਾਏ ਕਿ ਇੱਕ ਕਮਰੇ 'ਚ ਨਾ ਜਗ੍ਹਾ ਕੋਈ ਨਾ ਕੋਈ ਚੀਜ਼ ਰੱਖ ਲਵਾਂਗੇ, ਇੱਧੇ ਅੱਧਾ ਸਮਾਨ ਇੱਧੇ ਰੱਖ ਲਵਾਂਗੇ, ਮੋਟਰਸਾਈਕਲ ਹੀ ਇੱਥੇ ਡੱਕ ਦਿੱਤਾ ਕਰਾਂਗੇ, ਜਾਂ ਇੱਕ ਬੱਚੇ ਇੱਕ ਸਾਈਡ 'ਤੇ ਹੋਣਗੇ ਇੱਥੇ ਮੈਂ ਸੌਂ ਗਿਆ ਕਰਾਂਗਾ। ਕੋਈ ਨਹੀਂ, ਅੱਲਾ ਪਾਕ ਆਸਤਾ ਆਸਤਾ ਹਿੰਮਤ ਦਿੰਦਾ ਸੋਹਣਾ ਮਾਲਕ, ਅਤੇ ਇਹ ਵੀ ਨਾ ਮੁਕੰਮਲ ਹੋ ਜਾਵੇਗਾ।